ਹਰ ਇੱਕ ਪੇਰੈਂਟਸ ਮੇ ਆਪਣੇ ਬੱਚਿਆਂ ਕੇ ਸਾਥ ਬਾਤ ਕਰਤੇ ਹੋਏ ਨਾ ਚਿਜਕ ਹੋਤੀ ਹੈ ਇਵਨ ਯਾਨੀ ਕਿ ਮੈਂ ਕਹਿ ਰਿਹਾ ਸਿਕ ਨਾਰਮਲ ਪੇਰੈਂਟਸ ਨੂੰ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨਾਲ ਗੱਲ ਕਰਨ ਲੱਗਿਆ ਇੱਚ ਕਿ ਝਿਜਕ ਹੁੰਦੀ ਹੈ ਯੈਸ ਇਹ ਜਿਹੜੀ ਝਿਜਕ ਹੈ ਨਾ देयर हेसिटेशन ਪਤਾ ਹੈ ਕਿ ਗੱਲ ਕਰਨੀ ਚਾਹੀਦੀ ਹੈ ਪਤਾ ਹੈ ਕਿ ਬੇਟਾ ਰਾਤ ਨੂੰ 2 ਵਜੇ ਬਾਹਰੋਂ ਆ ਰਿਹਾ ਹੈ ਪਤਾ ਹੈ ਕਿ ਰਾਤੀ ਸਾਰੀ ਰਾਤ ਤੇ ਬੇਟਾ ਜਾਗਦਾ ਪਿਆ ਇਹ ਵਿੱਚ ਕੈਨ ਬੀ ਲਾਈਫ ਥ੍ਰੈਟਨਿੰਗ ਪਰ ਦੇਖੋ ਪੇਰੈਂਟਸ ਕਿੰਨੀ ਝਿਜਕ ਰੱਖਦੇ ਆ ਕਿ ਸੱਚੀ ਤੇ ਖਰੀ ਗੱਲ ਆਪਣੇ ਬੱਚੇ ਨੂੰ ਵੀ ਨਹੀਂ ਕਹਿ ਪਾਉਂਦੇ ਇਹ ਬਿਲਕੁਲ ਬਹੁਤ ਇੰਪੋਰਟੈਂਟ ਹੈ ਐਡ ਇਹ ਝਿਜਕ ਕਿੱਥੋਂ ਆਂਦੀ ਹੈ ਫੀਅਰ ਚ ਜੇ ਮੈਂ ਮੈਮ ਦੱਸ ਰਹੀ ਸੀ ਐ ਡਰ ਕੀ ਲੱਗਦਾ ਹੈ ਕਿ ਇਹ ਨਾਰਾਜ਼ ਹੋ ਜਾਏਗਾ ਅੱਛਾ ਮੇਰੀ ਗੱਲ ਦੱਸੋ ਉਹ ਨਾਰਾਜ਼ ਕਿੱਥੋਂ ਤੱਕ ਤੁਸੀਂ ਜਾਓਗੇ ਕਿ ਉਹ ਜਾ ਕੇ ਤੁਹਾਡੀ ਕਿਹੜੀ ਗੱਲ ਤੇ ਨਾਰਾਜ਼ ਨਹੀਂ ਹੋਏਗਾ ਉਹਨੇ ਨਾਰਾਜ਼ ਹੋਣਾ ਹੀ ਹੋਣਾ ਹੈ ਅੱਛਾ ਤੁਸੀਂ ਇੱਕ ਬੰਦੇ ਨੂੰ ਇੱਕ ਬੰਦਾ ਆਂਦਾ ਹੈ ਭਾਜੀ ਕਹਿੰਦਾ ਕਿ ਮੈਨੂੰ ਨਾ ਅੱਜ 50 ਰੁਪਏ ਦੀ ਲੋਡ ਪੈ ਗਈ फटाफट ਦੇ ਦਿਓ ਅਸੀਂ ਉਹਨੂੰ 50 ਰੁਪਏ ਦੇ ਦਿੰਦੇ ਹਾਂ ਅਗਲੀ ਵਾਰੀ ਕਹਿੰਦਾ ਯਾਰ ਅੱਜ ਨਾ 3000 ਦੀ ਲੋਡ ਪੈ ਗਈ ਜਿਹੜਾ फटाफट ਫੜਾ ਦਿਓ ਜਰਾ ਤੁਸੀਂ ਆਪਣੇ ਵਾਈਫ ਤੋਂ ਚੋਰੀ-ਚੋਰੀ ਉਹਨੂੰ 3000 ਰੁਪਏ ਦੇ ਦਿੰਦੇ ਹੋ ਕਹਿੰਦੇ ਐਵੇਂ ਯਾਰ ਰੌਲਾ ਪਾਏਗੀ ਫਿਰ ਇੱਕ ਦਿਨ ਆਂਦਾ ਉਹ ਕਹਿੰਦਾ ਯਾਰ ਮੈਂ ਨਾ ਇਹ ਗੱਡੀ ਗੱਡੀ ਤੇ ਰੁਪਈ ਹੈ ਮੈਨੂੰ ਮੈਂ ਲੇਟ ਹੋ ਗਿਆ ਮੈਨੂੰ ਜਰਾ ਕੰਮ ਤੇ ਛੱਡ ਓਏਗਾ ਨਾ ਉਹ ਫੇਰ ਕਹੇਗਾ ਛਾ ਚਲੋ ਇਹਨੂੰ ਕੰਮ ਤੇ ਛੱਡਾ ਨਾ ਉਸ ਤੋਂ ਬਾਅਦ ਉਹ ਕਹੇਗਾ ਯਾਰ ਗੱਡੀ ਫੜਾ ਦੀ ਜਰਾ ਮੈਂ ਉਹ ਬੱਚਿਆਂ ਨੂੰ ਛੱਡ ਕੇ ਆ ਗਿਆ ਨਾਲੇ ਅੱਜ ਗੁਰਦੁਆਰੇ ਦੇ ਡਿਸਰਸ਼ਨ ਕਰਨ ਜਾਣੇ ਤੁਸੀਂ ਗੱਡੀ ਫੜਾ ਦਿਓਗੇ ਨੈਕਸਟ ਉਹ ਕੀ ਕਹੇਗਾ ਮੈਂ ਦੇ ਦੇ ਤੁਹਾਨੂੰ ਹਾਂ ਗੱਡੀ ਅੱਜ ਵਿਹਲੀ ਹੈ ਨਾ ਤੇ ਇੱਕ ਚਾਬੀ ਮੇਰੇ ਕੋਲ ਰਹਿਣ ਦੀ ਇੱਕ ਚਾਬੀ ਤੁਸੀਂ ਰੱਖੋ ਤੁਸੀਂ ਕਿਹੜੀ ਜਗ੍ਹਾ ਤੇ ਨ ਜਾ ਕੇ ਨਰਾਜ਼ ਕਰਨਾ ਤੁਸੀਂ ਕਿਹੜੀ ਜਗ੍ਹਾ ਤੇ ਜਾ ਕੇ ਨਰਾਜ਼ ਕਰਨਾ ਮੈਨੂੰ ਤੇ ਇਹ ਦੱਸੋ ਕਿ ਕਿਹੜੀ ਜਗ੍ਹਾ ਤੇ ਜਾ ਕੇ ਨਰਾਜ਼ ਕਰਨਾ ਜਦੋਂ ਬਿਲਕੁਲ ਸਭ ਕੁਝ ਖਤਮ ਹੋ ਜਾਏਗਾ ਉਦੋਂ ਨਰਾਜ਼ ਕਰਨਾ ਹੈ ਕਿ ਪਹਿਲੇ ਇਨਸਟੈਂਸ ਤੇ ਹੀ ਨਰਾਜ਼ ਕਰਨਾ ਹੈ ਡਰੋ ਨਾ ਨਰਾਜ਼ ਕਰਨ ਬਾਰੇ ਤੁਹਾਡਾ ਨਾ ਨਰਾਜ਼ ਕਰਨਾ ਪੇਸ਼ੈਂਟ ਦੀ ਜਾਨ ਹੈ ਪੇਸ਼ੈਂਟ ਦੀ ਜਾਨ ਤੁਹਾਡੇ ਹੱਥ ਚ ਹੈ ਤੇ ਤੁਸੀਂ ਕਹਿੰਦੇ ਹੋ ਕਿ ਉਹਨੂੰ ਨਰਾਜ਼ ਨਹੀਂ ਕਰਨਾ ਇਹ ਤੁਹਾਡਾ ਭੁਲੇਖਾ ਹੈ ਕਿ ਜੇ ਅਸੀਂ ਪੇਸ਼ੈਂਟ ਨੂੰ ਇਹ ਕਵਾਂਗੇ ਤੇ ਫਿਰ ਪੇਸ਼ੈਂਟ ਕਿਤੇ ਰਿਕਵਰੀ ਤੋਂ ਬਾਹਰ ਨਾ ਹੋ ਜੇ ਫਿਰ ਪੇਸ਼ੈਂਟ ਦਵਾਈ ਨਾ ਬੰਦ ਕਰ ਦੇ ਤੇ ਪੇਸ਼ੈਂਟ ਫਾਲੋਅ ਅਪ ਤੇ ਨਹੀਂ ਜਾਏਗਾ ਫਿਰ ਪੇਸ਼ੈਂਟ 100 ਦਿਨ ਦਾ ਪ੍ਰੋਗਰਾਮ ਨਹੀਂ ਕਰੇਗਾ ਫਿਰ ਅੱਛਾ ਤੁਸੀਂ ਇੱਕ ਗੱਲ ਤੇ ਬਹੁਤ ਗੱਲ ਵੱਖਰੀ ਹੈ ਮੈਂ ਇਹੋ ਜੇ ਫੈਮਲੀਆਂ ਨੂੰ ਜਾਣਦਾ ਜਿਹੜੇ ਆਪਣੇ ਘਰ ਦੇ ਵਿੱਚ ਹਰਮੀਟੇਜ ਦੀ ਪਾਟੀਆਂ ਹਸਪੀਟਲ ਦੀ ਗੱਲ ਹੀ ਨਹੀਂ ਕਰਦੇ ਮੈਂ ਕਿਉਂ ਨਹੀਂ ਗੱਲ ਕਰਦੇ ਭਈ ਤੁਹਾਨੂੰ ਤਾਂ ਚਾਹੀਦੀਆਂ ਗੱਲਾਂ ਕਰਨੀਆਂ ਹਰ ਵੇਲੇ ਗੱਲਾਂ ਦੇ ਵਿੱਚ ਭਾਟਿਆ ਹਸਪੀਟਲ ਤੇ ਹਰਮਿਡੇਜ ਆਣਾ ਚਾਹੀਦਾ ਹੈ ਕਿੰਨੀ ਇਹਦਾ ਮੂਡ ਖਰਾਬ ਹੋ ਜਾਂਦਾ ਵੱਟ ਡੂ ਯੂ ਫੀਲ ਇਹ ਚੋਂ ਕੀ ਕੱਢਦੇ ਹੋ ਤੁਸੀਂ ਨਹੀਂ ਡਾਕਟਰ ਸਾਹਿਬ ਅਸੀਂ ਸ਼ਾਮ ਨੂੰ ਮੀਟਿੰਗ ਤਾਂ ਨਹੀਂ ਲਾਂਦੇ ਜੇ ਸ਼ਾਮ ਦੀ ਮੀਟਿੰਗ ਅਸੀਂ ਸੁਣੀਏ ਨਾ ਤੇ ਇਹਦਾ ਮੂਡ ਖਰਾਬ ਹੋ ਜਾਂਦਾ ਮੈਨੂੰ ਇਹ ਕੱਲ ਦੱਸੋ ਕਿ ਕੀ ਅਸੀਂ ਕਹਿ ਕੀ ਰਹੇ ਹਾਂ ਇਹ ਤੋਂ ਸਾਰੀਆਂ ਗੱਲਾਂ ਤੋਂ ਕੀ ਸਮਝ ਆਉਂਦੀ ਤੁਹਾਨੂੰ ਚੇਜਕ ਸਾਡੇ ਅੰਦਰ ਹੈ ਡਰ ਸਾਡੇ ਅੰਦਰ ਹੈ ਆਪਣੇ ਪੇਸ਼ੈਂਟ ਨੂੰ ਅਸੀਂ ਖੁਸ਼ ਰੱਖਣਾ ਚਾਹੁੰਦੇ ਹਾਂ ਪਾਵੇਂ ਮੈਰਿਟ ਤੋੜ ਕੇ ਪਾਵੇਂ ਉਹਦੀ ਜਾਨ ਦਾ ਖਤਰਾ ਪਾ ਕੇ ਐਂਡ ਤੁਸੀਂ ਐਨੇ ਜਿਆਦਾ ਕਨਸਰਨਡ ਹੋ ਕਿ ਆਪਣੇ ਪੇਸ਼ੈਂਟ ਦਾ ਮੂਡ ਖਰਾਬ ਨਾ ਕਿਤੇ ਹੋ ਜੇ ਮੈਂ ਲੁੱਕ ਕੇ ਸੁਣਦਾ ਡਾਕਟਰ ਸਾਹਿਬ ਤੁਹਾਡੀ ਮੀਟਿੰਗ ਮੈਂ ਬਾਅਦ ਜਾ ਕੇ ਸੁਣਦੀ ਹਾਂ ਤੁਹਾਡੀ ਮੀਟਿੰਗ ਕਿਉਂਕਿ ਭਾਜੀ ਤੁਹਾਡੇ ਜਿਹੜੇ ਨਾ ਜੇ ਸੁਣ ਲੈਣ ਤੇ ਫਿਰ ਉਹਨਾਂ ਨੂੰ ਉਹਦਾ ਮੂਡ ਬੜਾ ਖਰਾਬ ਹੋ ਜਾਂਦਾ ਏ ਕੀ ਮਤਲਬ ਹੈ ਹੈ ਜੀ ਕੋ-ਡਿਪੈਂਡੈਂਟ ਹੈ ਇਹਦਾ ਮਤਲਬ ਹੈ ਇਹਦਾ ਮੈਂ ਤੁਹਾਨੂੰ ਹੁਣ ਮਤਲਬ ਦੱਸਾਂ ਕਿ ਉਹ ਕੀ ਹੈਗਾ ਇਹਦਾ ਮਤਲਬ ਵਨ ਵਰਡ ਆਨਸਰ ਹੈ ਧਿਆਨ ਨਾਲ ਸੁਣਨਾ ਹਮੇਸ਼ਾ ਵਾਸਤੇ ਯਾਦ ਰੱਖਣਾ ਇਹਦਾ ਮਤਲਬ ਹੈ ਕਿ ਸਾਨੂੰ ਪੇਰੈਂਟਸ ਨੂੰ ਫੈਮਿਲੀਜ਼ ਨੂੰ ਆਪਣੇ ਪੇਸ਼ੈਂਟ ਨਾਲ ਗੱਲ ਕਰਨੀ ਨਹੀਂ ਆਉਂਦੀ ਬਸ ਇਸ ਤੋਂ ਇਲਾਵਾ ਕੋਈ ਮਤਲਬ ਨਹੀਂ ਹੈ ਸਾਨੂੰ ਗੱਲ ਨਹੀਂ ਕਰਨੀ ਆਉਂਦੀ ਇਸ ਕਰਕੇ ਕਹਿੰਨੇ ਆ ਕਿ ਇਹ ਗੱਲ ਹੋ ਹੀ ਨਹੀਂ ਸਕਦੀ ਕਿਉਂਕਿ ਸਾਨੂੰ ਗੱਲ ਨਹੀਂ ਨਾ ਕਰਨੀ ਆਉਂਦੀ ਚਾਹੇ ਆਪਨੇ ਪੇਸ਼ੈਂਟ ਨੂੰ ਕਹਿਣਾ ਆਂਦਾ ਵੀ ਨਹੀਂ ਬੇਟੇ ਇਹ ਨਹੀਂ ਹੋ ਸਕਦਾ i can't allow you because i know ke jede tere varge bacche bahar jande ha phir bahar ja ke bada nuksaan karde hai i can't allow you kinna ko okha kamm hai eh gal bade dhyan naal sunna aam taur te duniya de vich riwaj hi nahi hai ke families nu sikhaya jaye ke apne patient na kiven gal karni hai kyon innu unnu nahi samajh aani inna kol nahi keh jana pehla hi program doctor jede hai na oh hath chhad ke baithe hoye hai ke nahi nahi inna nu koi nahi samajh aani family nu koi nahi samjhane family ngo hai ਇਪੋ ਮਾਰੋ ਫੈਮਲੀ ਨੇ ਬਿਮਾਰੀ ਰਹਿਣਾ ਇਹਨੇ ਕਦੀ ਨਹੀਂ ਆਪਣੇ ਪੇਸ਼ੈਂਟ ਨੂੰ ਕਹਿ ਸਕਦਾ ਕਿਉਂਕਿ ਦੁਨੀਆ ਦੇ ਵਿੱਚ ਇੱਕ ਕਨਸੈਪਟ ਬਣਿਆ ਹੋਇਆ ਕਿ ਪੇਸ਼ੈਂਟ ਨੂੰ ਠੀਕ ਕੀਤਾ ਜਾ ਸਕਦਾ ਫੈਮਲੀ ਨੂੰ ਕਦੀ ਠੀਕ ਨਹੀਂ ਕੀਤਾ ਜਾ ਸਕਦਾ ਐਂਡ ਫੈਮਲੀ ਨੂੰ ਕਦੀ ਆਪਣੀ ਪੇਸ਼ੈਂਟ ਨਾਲ ਗੱਲ ਕਰਨੀ ਸਿਖਾਈ ਨਹੀਂ ਜਾਂਦੀ